की थी, रात ही लेट आया मैं। ਗੁਰਭਜਨ ਸਿੰਘ ਚੱਬਾ ਜੀ, ਅੱਜ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਦੇ ਵਿੱਚ ਜਿਹੜਾ ਸੂਬਾ ਪੱਧਰੀ ਕਾਲ ਆਈ ਆ 12 ਤੋਂ 3, ਜਿਹੜਾ 3 ਘੰਟੇ ਦਾ ਚੱਕਾ ਜਾਮ ਆ, ਉਹਨੂੰ ਲੈ ਕੇ ਅਸੀਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਬੈਠੇ ਆ ਤੇ ਅੰਮ੍ਰਿਤਸਰ ਦੇ ਹੋਰ ਵੱਖ-ਵੱਖ 20-21 ਥਾਵਾਂ ਤੇ ਜਿਹੜਾ ਸਾਡਾ ਜਥੇਬੰਦੀ ਵੱਲੋਂ ਜਾਮ ਕੀਤਾ ਤੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਥੇਬੰਦੀ ਵੱਲੋਂ ਜਿਹੜਾ ਵੱਖ-ਵੱਖ ਥਾਵਾਂ ਤੇ ਜਾਮ ਲਾ ਕੇ ਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਆ। ਔਰ ਕਿਉਂਕਿ ਕੇਂਦਰ ਸਰਕਾਰ ਜਿਹੜੇ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਜਿਹੜਾ ਵਾ ਖੇਤੀ ਤੋਂ ਲਾਂਭੇ ਕਰਨਾ ਚਾਹੁੰਦੀ ਆ, ਅਡਾਨੀਆਂ ਅਬਾਨੀਆਂ ਨੂੰ ਸਾਡੀਆਂ ਜ਼ਮੀਨਾਂ ਤੇ ਕਾਬਜ ਕਰਵਾਉਣਾ ਚਾਹੁੰਦੀ ਆ ਤੇ ਨਾਲ ਸਾਡਾ ਜਿਹੜਾ ਮੰਡੀ ਦੇ ਢਾਂਚੇ ਨੂੰ ਜਿਹੜਾ ਤਬਾਹ ਕਰਨਾ ਚਾਹੁੰਦੀ ਆ, ਜਿਹਦੇ ਖਿਲਾਫ ਸਾਡਾ ਲਗਾਤਾਰ ਜਿਹੜਾ ਵਾ ਅੰਦੋਲਨ, ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਉਹਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਵੀ ਸਾਡਾ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਵੀ ਕੇਂਦਰ ਸਰਕਾਰ ਨੇ ਬਖਲਾਹਟ ਦੇ ਵਿੱਚ ਆ ਕੇ ਸਾਡੇ ਧਰਨਾਕਾਰੀਆਂ ਦੇ ਉੱਤੇ ਭਾਜਪਾ ਵਰਕਰਾਂ ਤੇ ਆਰਐਸ ਦੇ ਗੁੰਡਿਆਂ ਵੱਲੋਂ ਜਿਹੜਾ ਵਾ ਉਹ ਪੱਥਰਬਾਜ਼ੀ ਰੋੜੇ ਚਲਾਏ ਗਏ, ਇੱਟਾਂ ਰੋੜੇ ਚਲਾ ਕੇ ਸਾਡੇ ਕਿਸਾਨ ਜ਼ਖਮੀ ਕੀਤੇ ਗਏ। ਦਿੱਲੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਦਿੱਲੀ ਪੁਲਿਸ ਨੇ ਜਿਹੜਾ ਉਹਨਾਂ ਨੂੰ ਰੋਕਣ ਦੀ ਜਗ੍ਹਾ ਸਾਡੇ ਕਿਸਾਨਾਂ ਦੇ ਉੱਤੇ ਲਾਠੀਚਾਰਜ ਤੇ ਅਥਰੂ ਗੈਸ ਦੇ ਗੋਲੇ ਜਿਹੜੇ ਸੁੱਟੇ, ਜਿਨ੍ਹਾਂ ਦੇ ਜ਼ਬਰ ਦਾ ਜਿਹੜਾ ਸਾਡੇ ਕਿਸਾਨਾਂ ਨੇ ਸਬਰ ਨਾਲ ਜਵਾਬ ਦੇ ਕੇ ਤੇ ਆਪਣਾ ਜਿਹੜਾ ਵਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਰੱਖਿਆ, ਉਲਟਾ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਕੀਤੇ ਕਿ ਬਹੁਤ ਵੱਡੀ ਪੱਧਰ ਤੇ ਜਿਹੜੇ ਕਿਸਾਨ ਆ ਦਿੱਲੀ ਦੇ ਵਿੱਚੋਂ ਫੜ ਕੇ ਜੇਲ੍ਹਾਂ ਦੇ ਵੱਖ-ਵੱਖ ਥਾਣਿਆਂ 'ਚ ਪਰਚੇ ਕਰਕੇ ਸੁੱਟੇ ਗਏ ਆ ਤੇ ਸਾਡੀ ਅੱਜ ਇੱਥੋਂ ਮੰਗ ਆ ਵੀ ਉਹ ਪਰਚੇ ਨਜਾਇਜ਼ ਝੂਠੇ ਕੀਤੇ ਰੱਦ ਕੀਤੇ ਜਾਣ, ਗ੍ਰਿਫਤਾਰ ਕੀਤੇ ਕਿਸਾਨ ਰਿਹਾਅ ਕੀਤੇ ਜਾਣ, ਉਹ ਤਿੰਨੇ ਖੇਤੀ ਕਾਨੂੰਨ ਜਿਹੜੇ ਕਾਲੇ ਆ ਉਹ ਤੁਰੰਤ ਰੱਦ ਕੀਤੇ ਜਾਣ, ਬਿਜਲੀ ਸੋਧ ਬਿੱਲ 2020, ਪਰਾਲੀ ਐਕਟ 2020 ਜਿਹੜਾ ਇਹ ਵੀ ਰੱਦ ਕੀਤੇ ਜਾਣ, MSP ਜਿਹੜਾ ਵਾ ਸਰਕਾਰੀ ਖਰੀਦ ਗਰੰਟੀ ਵਾਲਾ ਕਾਨੂੰਨ ਜਿਹੜਾ ਵਾ ਉਹ ਲਿਆਂਦਾ ਜਾਵੇ ਤੇ ਇਹ ਕਰਕੇ ਤਿੰਨੇ ਕਾਨੂੰਨ ਜਿਹੜੇ ਆ ਉਹ ਵੀ ਰੱਦ ਕੀਤੇ ਜਾਣ ਤਾਂ ਕਿ ਤੇ ਉਹ ਨਾਲ ਜਿਹੜਾ ਵਾ ਇਸ ਬਗਲਾੜ ਚ ਆ ਕੇ ਕੇਂਦਰ ਦੀ ਸਰਕਾਰ ਜਿਹੜਾ ਧਰਨੇ ਦੇ ਦੁਆਲੇ ਜਿਹੜੀਆਂ ਆਪਣੀਆਂ ਜਿਹੜੀਆਂ ਰੋਕਾਂ ਟੈਟ ਕਰ ਰਹੀ ਆ, ਬਿਜਲੀ ਪਾਣੀ ਦੀ ਜਿਹੜੀ ਸਪਲਾਈ ਕੱਟ ਰਹੀ ਆ, ਸੜਕਾਂ ਪੁੱਟ ਕੇ ਸਰੀਏ ਕੰਕਰੀਟ ਦੀਆਂ ਕੰਧਾਂ ਬਣਾ ਕੇ ਜਿਹੜੀ ਆ ਉਹ ਰੋਕਾਂ ਲਾ ਲਈ ਆ, ਜਿਹੜੀ ਬਖਲਾੜ ਦੀ ਨਿਸ਼ਾਨੀ ਤੇ ਇੱਕ ਜਮਹੂਰੀਅਤ ਦਾ ਕਹਾਣ ਆ, ਅਸੀਂ ਉਹਦੀ ਨਿੰਦਾ ਕਰਦੇ ਹਾਂ ਤੇ ਇੱਥੋਂ ਮੰਗ ਕਰਦੇ ਵੀ ਉਹ ਆਪਣੀਆਂ ਰੋਕਾਂ ਜਿਹੜੀਆਂ ਪਿਛਾਂ ਹਟਾਈਆਂ ਜਾਣ ਤੇ ਜਿਹੜੀ ਬਿਜਲੀ ਪਾਣੀ ਦੀ ਆਦਿ ਸਹੂਲਤਾਂ ਇੰਟਰਨੈਟ ਦੀ ਸੇਵਾਵਾਂ ਜਿਹੜੀਆਂ ਵਾ ਉਹਨਾਂ ਨੂੰ ਬਹਾਲ ਕੀਤਾ ਜਾਵੇ, ਜੇਲ੍ਹਾਂ 'ਚੋਂ ਬੰਦ ਜਿਹੜੇ ਕਿਸਾਨ ਆ ਉਹਨਾਂ ਨੂੰ ਫੌਰਨ ਜਿਹੜਾ ਵਾ ਰਿਹਾਅ ਕੀਤਾ ਜਾਵੇ ਤੇ ਆ ਕਾਲੇ ਕਾਨੂੰਨ ਜਿਹੜੇ ਤੁਰੰਤ ਜਿਹੜੇ ਆ ਰੱਦ ਕੀਤੇ ਜਾਣ। ਸਾਡਾ ਇਹ ਸੰਘਰਸ਼ ਜਦ ਤੱਕ ਜਿਹੜੇ ਬਿੱਲ ਵਾਸ ਨਹੀਂ ਤਦ ਤੱਕ ਜਿਹੜਾ ਵਾ ਇਹ ਲਗਾਤਾਰ ਸਾਡਾ ਜਿਹੜਾ ਸੰਘਰਸ਼ ਆ ਜਾਰੀ ਰਹੂਗਾ। ਰਿੰਦਰ ਕੌਰ, ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ 3 ਘੰਟੇ ਦਾ ਗੋਲਡਨ ਗੇਟ ਤੇ, ਕੀ ਕਹੋਗੇ? ਇਹ ਕਿਸਾਨਾਂ ਦੇ ਹੱਕ ਵਿੱਚ, ਕਿਸਾਨ ਵੀਰਾਂ ਦੀ ਉਹਨਾਂ ਦੇ ਸੰਘਰਸ਼ ਦੇ ਵਿੱਚ, ਕਿਉਂਕਿ ਮੋਦੀ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ, ਧੱਕਾ ਕੀਤਾ, ਅਬਾਨੀ ਡਿਆਨੀ ਲਿਆ ਕੇ ਇੱਥੇ ਵਾੜ ਦਿੱਤੇ, ਸਾਡਾ ਇਹਨਾਂ ਨੇ ਸਾਰਾ ਕੰਮ ਜਿਹੜਾ ਖੇਤੀ ਦਾ ਧੰਦਾ ਖਰਾਬ ਕਰ ਦਿੱਤਾ। ਅਸੀਂ ਇਹ ਖਰਾਬ ਨਹੀਂ ਹੋਣ ਦੇਣਾ, ਨਾ ਹੀ ਜ਼ਮੀਨ ਵੇਚਣੀ ਨਾ ਹੀ ਵੇਚਣ ਦੇਣੀ, ਜਿਹੜੀਆਂ ਵਿਕ ਗਈਆਂ ਵਿਕ ਗਈਆਂ, ਸਾਨੂੰ ਨਹੀਂ ਪਤਾ। ਬਾਕੀ ਹੁਣ ਅਸੀਂ ਮੋਦੀ ਦੀ ਹੇਕ 'ਤੇ ਚੜ ਕੇ ਰਹਿਣਾ, ਮੋਦੀ ਜੇ ਡੰਡਾ ਲਿਆਏਗਾ ਨਾ ਤਾਂ ਡੰਡੇ 'ਚ ਹੀ ਜਵਾਬ ਦੇਣਾ, ਜੇ ਗੋਲੀ ਚਲਾਏਗਾ ਤਾਂ ਗੋਲੀ 'ਚ ਹੀ ਦੇਣਾ। ਮੋਦੀ ਤੋਂ ਅਸੀਂ ਬਹੁਤ ਤੰਗ ਹੋ ਗਏ, ਤੰਗ ਵੀ ਇਹਨੇ ਕਰ ਮਾਰੇ, ਇਹਨੇ ਜੋ ਸਾਡੇ ਨਾਲ ਕੀਤਾ ਸੀਗਾ ਕੁਛ ਨਹੀਂ ਇਹਨੇ ਸਾਨੂੰ ਦਿੱਤਾ। ਕਿਸਾਨਾਂ ਨੂੰ 2-2 ਹਜ਼ਾਰ ਰੁਪਈਆ ਲਾ ਕੇ ਦੇ ਕੇ ਤਾਂ ਕਿਸਾਨਾਂ ਨੂੰ ਮਗਰ ਲਾ ਲਏ, ਮੁੜ ਕੇ ਲੋਕਡਾਊਨ ਕਰ ਦਿੱਤਾ, ਲੋਕਡਾਊਨ ਕਰਕੇ ਕਹਿਤਾ ਜੀ ਅੰਦਰ ਵੜ ਜਾਓ, ਕਰੋਨਾ ਆ ਗਿਆ। ਕਰੋਨਾ ਤਾਂ ਹੈ ਹੀ ਨਹੀਂ ਸਾਡੇ ਪੰਜਾਬ 'ਚ, ਤਾਂ ਹੈ ਹੀ ਨਹੀਂ ਸੀਗਾ, ਸਾਰਿਆਂ ਨੂੰ ਪਤਾ ਵੀ ਨਹੀਂ, ਉੱਦਾਂ ਹੀ ਮਾਰੀ ਜਾਂਦੇ ਸੀ ਲੋਕਾਂ ਨੂੰ। ਹੈਂ, ਬੁੱਢਿਆਂ ਨੂੰ ਚੱਕ ਲਿਆਓ ਜੀ, ਜਿਹਨਾਂ ਨੂੰ ਪੈਨਸ਼ਨਾਂ ਦਿੰਦੇ ਆ ਇਹਨਾਂ ਨੂੰ ਮਾਰ ਦਿਓ, ਉਹਨਾਂ ਤਾਂ ਮਾਰ ਕੇ ਕੀ ਲੈਣਾ ਸੀ ਤੁਸੀਂ? ਜੇ ਤੁਸੀਂ ਉੱਦਾਂ ਨਹੀਂ ਰੱਜੇ ਤਾਂ ਹੁਣ ਰਾਜਾਂ ਨਾਲ ਹੀ ਉਹਨਾਂ ਦੀਆਂ ਪੈਨਸ਼ਨਾਂ ਨਾ ਦਿੰਦੇ ਤੇ। ਬਾਕੀ ਇਹਨਾਂ ਨੇ ਮਹਿੰਗਾਈ ਬਹੁਤ ਕੀਤੀ ਆ ਸਭ ਕੁਛ, ਫਿਰ 26 ਜਨਵਰੀ ਨੂੰ ਇਹਨਾਂ ਨੇ ਕੀ ਨਹੀਂ ਕੀਤਾ, ਜੇ ਟਰੈਕਟਰ ਮਾਰਚ ਕੱਢਿਆ ਸੀਗਾ ਇਹਨਾਂ ਨੂੰ ਪੁੱਛ ਕੇ ਕੱਢਿਆ ਸੀਗਾ, ਉੱਦਾਂ ਤਾਂ ਨਹੀਂ ਕੱਢਿਆ।
पहला इन्होंने चलो ना कर दी, फिर इन्होंने सरकार ने हाँ की, जे मार्च कढ़िया तो वो साडा इन्होंने जवान मार दिता। अजे दो चार साल बेचारे दे विआह नूं होए सीगे, हैं उहदा भी तो यही बदला लैना ही आ, खून का बदला खून च ही लवेंगे। दूजा बेचारा जख्मी होया पिया, कईआं नूं उहदा ही नज़र बंद कर दिते, लिजा लिजा के नौजवान साडे सारे जिहड़े अंदर कर दिते, उहनां दा भी असीं बदला लैना, उहनां नूं भी आपां रिहा करवाउणा। बाकी इन्हां ने तुहानूं पता ही आ बार्डर ते की कुछ नहीं इन्हां ने कीता, अपना वीर सिगा अमृतधारी किदा उन्हू थले पा पा के इन्होंने चौं पंजा जाने ने बाहरों मुंडे मंगा के उन्हू कटाया कटाया ना, उहदा सिर पाड़िया, उहदी केस केसां की बेअदबी की, उहदे गटारां की की, उहदी दस्तार की की। वह कहिंदा सी मेरी दस्तार दे दो, मेरी दस्तार नहीं देनी, उहदा पटका ही ला के मैनू दे दो, मैं पटका ही लै लाँगा। हैं उहदे नाल इन्हां ने किदा, वह तो शेर सिगा गुरु गोबिंद सिंह जी का, वो तो उठ के खलो गया, तो फिर भज्जे कातो सीगे, फिर खलोंदे शेरा अगे गिदड़ खलोंदे आ, दसम पिता दा उन्हें खंडे दा बाटे दा अमृत पीता सीगा। हाँ जी तीन घंटे एक मिनट भी यही लैना नाल, जो भी होया सो करांगे। अज जे सानू कहणगे ना भी साडे भरा उत्थे बैठे मावां मतावां भैणां भी तुम इदा ही अज दिल्ली नू आ जाओ तुर के, अहीं तद भी तुर के जाने, इदा ही इन्ना जोश भी हुणे ही जे सानू फोन कर देने एक मिनट च, इदा ही सारी जनता उत्थे चल जाएगी। तो मोदी नू खबर पहुँच जाए एक बार भी आ पंजाबी आ रहे, तो पंजाबियों का उन्हें पता लग जाए पंजाबी की चीज़ है, कोई कौम ना मत्था लाया, ये गिदड़ा की कौम नहीं गई, ये शेरां की कौम है, हौसले बड़े बुलंद ने। है इन्होंने पानी बंद कर दिता, बिजली बंद कर दी, इंटरनेट बंद कर दिते, सब कुछ कर दिता, किल ठोक दिते इन्होंने, सरिए पा पा के इन्होंने पुल बना दिते, जो कुछ मर्जी बना लो तो पांच मिनट भी नहीं लगने, इन्ना जोश इन्हां सिंघां दे विच आ जांदा। बाकी असी जो भी मोदी करेगा वह जवाब उन्हूं उदा का ही मिलेगा।